ਤੇ ਇਹ ਬਿੱਟੇ ਨਾਲ ਵੀ ਇਹਨੇ ਪੂਰੀ ਯਾਰੀ ਬੰਦੇ ਦੇ ਪਾਲੀ ਆ। ਕ੍ਰਿਸ਼ਨ ਲਾਲ ਜਿਹੜਾ ਬਣਿਆ ਫਿਰਦਾ, ਜਿਹੜਾ ਪੈਸਾ ਇਕੱਠਾ ਕਰਨ ਤੇ ਹੋਇਆ, ਲੋਕਾਂ ਨੂੰ ਬਲੈਕਮੇਲ ਕਰਦਾ ਪਿਆ। ਅਮਰਤਪਾਲ ਕਹਿੰਦਾ ਗੁਲਾਮ ਹੈ, ਪਹਿਲਾਂ ਤਾਂ ਮੈਂ ਕਹਿੰਦਾ ਮੈਂ ਗੁਲਾਮ ਹੀ ਨਹੀਂ। ਇਕੱਠ ਸੀਗਾ ਦਨਾ ਬਾਈਬਲ ਤੇ ਇਹਨੇ ਖੜ ਕੇ ਸਟੇਟਮੈਂਟ ਦਿੱਤੀ ਵੀ ਅੰਮ੍ਰਿਤਪਾਲ ਕਹਿੰਦਾ ਵੀ ਮੈਂ ਗੁਲਾਮ ਹਾਂ ਤੇ ਅਸੀਂ ਗੁਲਾਮ ਨਹੀਂ ਗੇ। ਵੀ ਇਹ ਦੱਸੇ ਵੀ ਅਸੀਂ ਤਾਂ ਆਜ਼ਾਦ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਬੀ, ਅੱਜ ਤਾਈਂ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ ਗਾ। ਜੇ ਅਸੀਂ ਮੰਨ ਕੇ ਚਲੋ ਆਜ਼ਾਦ ਹਾਂ ਤੇ ਦਬਾ ਇਹਨੂੰ ਕਿ ਇਨਸਾਫ਼ ਕਿੱਥੋਂ ਦਵਾਉਣਾ ਗਾ। ਗੁਲਾਮ ਤਾਂ ਅਸੀਂ ਅੰਗਰੇਜ਼ਾਂ ਦੇ ਸੀ, ਇਹਦਾ ਮਤਲਬ ਇਹ ਹੈ ਵੀ ਆਹ ਜਿਹੜਾ ਤੁਸੀਂ ਗੁਲਾਮੀ ਵਾਲਾ ਸਿਸਟਮ ਚੱਕੀ ਫਿਰਦੇ ਹੋ ਨਾ ਸਿਰਾਂ ਦੇ ਉੱਤੇ, ਮੈਨੂੰ ਲੱਗਦਾ ਤੁਸੀਂ ਗੁਲਾਮ ਕਰਾ ਦਿਓ। ਜੇ ਬੰਦਾ ਨਾ ਨਾ ਹਟਿਆ ਹੋਣ, ਇਦੂ ਬਾਅਦ ਇਹਦੇ ਘਰੇ ਜਾ ਕੇ ਇਹਦੇ ਨਾਲ ਹਿਸਾਬ ਕਿਤਾਬ ਕਰਨਾ ਤੇ ਨਾਲੇ ਇਹਦੀ ਹੈਕ ਤੇ ਗੋਡਾ ਰੱਖ ਕੇ ਪੁੱਛਣਾ ਵੀ ਦੱਸ ਕੌਣ ਕਹਿੰਦਾ ਗੁਲਾਮ ਹੈ ਯਾਰ, ਐਵੇਂ ਲੋਕਾਂ ਨੂੰ ਭੜਕਾਉਣਗੇ। ਤੇ ਬੰਦੇ ਦਾ ਪੁੱਤ ਕ੍ਰਿਸ਼ਨ ਲਾਲ ਬਣ ਜਾ, ਤੇਰਾ ਹੋਰ ਕਿਤੇ ਤੁੱਕਾ ਚੱਲਦਾ ਦਬਕੇ ਦੁਬਕੇ, ਇੱਥੇ ਮੰਤਰੀ ਹਰਾਂ ਦੇ ਤੇਰੇ ਦਬਕੇ ਕੋ ਨਹੀਂ ਚੱਲਣੇ। ਕੁਛ ਬੰਦੇ ਤੁਰੇ ਫਿਰਦੇ ਆ ਗੁਲਾਮੀ ਨੂੰ ਨਾ ਲੈ ਕੇ, ਸਾਡੀ ਨੌਜਵਾਨੀ ਨੂੰ ਭੜਕਾ ਰਹੇ ਆ, ਉਹ ਹੋਰ ਹੀ ਦਿਸ਼ਾ ਦੇ ਪਾਸੇ ਲਿਜਾ ਰਹੇ ਆ। ਇਸੇ ਦੇਸ਼ ਨੇ ਆ ਕੇ ਸਾਡੇ ਤੇ ਟੈਂਕ ਚੜਾਏ ਸੀਗੇ, ਉਹਦੇ ਕਰਕੇ ਸਾਡੀ ਇਹ ਲੜਾਈ ਆ। ਇਹ ਬਾਦਸ਼ਾਹਤ ਦੀ ਲੜਾਈ ਹੈ, ਤਖਤਾਂ ਦੀ ਲੜਾਈ ਹੈ। ਇਹ ਰਾਜ ਕਰੇਗਾ ਖਾਲਸਾ ਤੇ ਖਾਲਸੇ ਨੇ ਕਰਨਾ ਤੇ ਕੀਤਾ ਖਾਲਸੇ ਨੇ। ਜਿਹਨਾਂ ਨੇ ਵੇਖਿਆ ਨਾ 84 ਵਾਲਾ ਯੁੱਗ, ਉਹਨਾਂ ਨੂੰ ਪੁੱਛੋ ਵੀ ਗੁਲਾਮ ਆ ਕੇ ਜ਼ਿਆਦਾ ਕੀਤਾ। ਤੇ ਜੇ ਹਟਿਆ ਨਾ ਬੋਲਣੋ ਤਾਂ ਸਿੱਧੀ ਗੱਲ, ਫਿਰ ਨਾ ਆਖੇ ਫਿਰ ਕੋਈ ਇਹਨਾਂ ਸੋਧਾ ਇਹਨੂੰ ਲੱਗ ਗਿਆ, ਫਿਰ ਇਹਨੂੰ ਲੱਗ ਜਾਣਾ। ਨਹੀਂ ਤੇ ਸੋਧਾ ਲੱਗਣਾ ਹੀ ਹੈ। ਜਿਹੜਾ ਕਹਿ ਰਿਹਾ ਪੰਜਾਬ ਤੇ ਉਹ ਹਰੇਕ ਸਿੱਖ ਤੇ ਹੀ ਵਰਤਣਾ, ਉਹ ਭਾਵੇਂ ਜੱਟ ਹੋਵੇ, ਉਹ ਭਾਵੇਂ ਮਾਝੀ ਹੋਵੇ। ਸਾਡੀਆਂ ਸਰਕਾਰਾਂ, ਸਾਡੇ ਆਪਦੇ ਬਾਬੇ ਜਾਂ ਇਹੋ ਜਿਹੇ ਰੰਗਰੇਟੇ ਵਰਗੇ ਤੇ ਇਹੋ ਜਿਹੇ ਚਵਲ ਬੰਦੇ, ਇਹ ਜਿੰਨਾ ਮਰਜ਼ੀ ਕਹੀ ਜਾਣ। ਹੁਣ ਮੈਂ ਇਹਦੇ ਸਵਾਲ ਹੈ, ਆਹ ਜਿਹੜੇ ਪੋਸਟਾਂ ਪਾਉਂਦੇ ਆ ਸਾਡੇ ਜੱਟਾਂ ਨੇ, ਆਹ ਕਰਤਾ ਜੀ ਚੀਨੀ ਬਾਰਡਰ ਦੇ ਉੱਤੇ ਚੀਕਾਂ ਕਢਾ ਦੀਆਂ ਚੀਨੀ ਆਰਮੀ ਦੀਆਂ, ਇਹ ਕੌਣ ਸੀ? ਇਹ ਸੀ ਮਾਝੀ ਸਿੱਖ ਤੇ ਰਵਿਦਾਸ ਜੀ ਸਿੱਖ, ਉਹਨਾਂ ਦੀ ਅੱਠ ਸਿੱਖ ਲਾਈ। ਕੁੜੀਏ ਸ਼ਰਮ ਆਉਣੀ ਚਾਹੀਦੀ ਰੰਗਰੇਟਾ ਤੂੰ ਬਣਿਆ ਪਿਆ ਨਾ। ਕ੍ਰਿਸ਼ਨ ਲਾਲ ਤੇਰੀ ਮੈਨੂੰ ਰਾਗ ਰਾਗ ਪਤਾ, ਤੂੰ ਕੀ ਚੀਜ਼ ਹੈ? ਤੇ ਮੈਂ ਸੋਧਾ ਵੀ ਲਾ ਸਕਣਾ ਤੇ ਬੰਦੇ ਦਾ ਪੁੱਤ ਬਣ ਜਾ, ਬਾਬਾ ਜੀ ਅਸੀਂ ਤੇਰੀ ਇੱਜ਼ਤ ਕਰਨੇ ਆ, ਤੂੰ ਦੂਜਾ ਤੀਜਾ ਦਿਨ ਹੀ ਉੱਠਦਾ ਚੁੱਕ ਕੇ ਮੂੰਹ। ਤੇ ਤੁਸੀਂ ਪਰਸੋਂ ਦੀ ਕੀ ਕਾਵਾ ਲੋੜੀ ਪਾਈ ਹੈ? ਅਸੀਂ ਆਹ ਕਰਤਾ ਜੀ, ਕਿਸੇ ਨੇ ਕਿਹਾ ਵੀ ਰਵਿਦਾਸ ਜੀ ਸਿੱਖ ਤੇ ਆਪਣੇ ਪੰਜਵੀ ਸਿੱਖਾਂ ਦੀ ਸਿੱਖ ਲਾਈਫ ਸੀ ਵੀ ਮਾਝੀ ਸਿੱਖ ਤੇ ਰਵਿਦਾਸ ਜੀ ਸਿੱਖਾਂ ਨੇ ਇਹ ਕੰਮ ਕੀਤਾ। ਅਸੀਂ ਜਿੱਥੇ ਮਿਲ ਗਿਆ ਅਸੀਂ ਧੌੜੀ ਲਾਉਣੋਂ ਨਹੀਂ ਹਟਣਾ, ਫਿਰ ਭਾਵੇਂ ਜਿੱਥੇ ਮਰਜ਼ੀ ਆ ਜੀ ਅਸੀਂ ਉਹ ਗੱਲਾਂ ਕਰਦੇ ਹੁੰਦੇ ਹਾਂ। ਅਸੀਂ ਭੁਲੇਖਾ ਭੁਲੂਖਾ ਸਾਡੇ ਭਰਾ ਦੀ ਰੱਖੀ ਨਾ ਕਿਤੇ। ਦੇਖ ਲਿਆ ਹੈ ਨਾ, ਵੱਧ ਤੋਂ ਵੱਧ ਸ਼ੇਅਰ ਕਰੋ, ਇਹਦੀ ਤਸੱਲੀ ਕਰਾਉਣੀ ਹੈ ਬਾਬਾ, ਐਵੇਂ ਗੱਲ ਹੈ ਨਾ, ਐਵੇਂ ਐਵੇਂ ਤਸੱਲੀ ਇਹਦੀ ਕਰਾਉਣੀ ਪੈਣੀ ਹੈ, ਪੂਰੀ ਕਰਾਉਣੀ ਹੈ। ਇਹ ਹਟਦਾ ਨਹੀਂ ਨਾ। ਇੱਕ ਆਹ ਫੋਟੋ ਜੀ ਇਹਨੇ ਕੱਲ ਹੀ ਸ਼ੇਅਰ ਕੀਤੀ ਹੈ, ਜਿਹੜੀ ਆਪਾਂ ਰਾਹ 'ਚ ਆਉਂਦਿਆਂ ਨੇ ਵੇਖੀ ਸੀ। ਬਿੱਟੇ, ਇਹ ਬਿੱਟੇ ਨਾਲ ਵੀ ਇਹਨੇ ਪੂਰੀ ਯਾਰੀ ਬੰਦੇ ਦੇ ਪਾਲੀ ਆ। ਕ੍ਰਿਸ਼ਨ ਲਾਲ ਜਿਹੜਾ ਬਣਿਆ ਫਿਰਦਾ, ਜਿਹੜਾ ਪੈਸਾ ਇਕੱਠਾ ਕਰਨ 'ਤੇ ਹੋਇਆ, ਲੋਕਾਂ ਨੂੰ ਬਲੈਕਮੇਲ ਕਰਦਾ ਪਿਆ, ਬਾਬਾ ਪਹਿਲਾਂ ਦੋ ਵਿਚਾਰ ਕਰੇਗਾ ਫਿਰ ਮੈਂ ਦਿਆਂਗਾ। ਬਾਬਾ ਜੀ ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਇਹਦੇ ਤੇ ਕੀ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਜੇ ਇਹ ਮਲੰਗ ਤੇ? ਮਲੰਗ ਤੇ ਇਹਦੇ ਤੇ ਟਿੱਪਣੀ ਕਾਹਦੀ ਹੈ? ਇਹਨੇ ਪਰਸੋਂ ਖੜ ਕੇ ਜਿੱਦਣ ਇਕੱਠ ਸੀਗਾ ਨਾ, ਹਾਂਜੀ ਹਾਂਜੀ, ਜਿੱਦਣ ਇਕੱਠ ਸੀਗਾ ਉਦਣ ਬਾਈਬਲ ਤੇ ਇਹਨੇ ਖੜ ਕੇ ਸਟੇਟਮੈਂਟ ਦਿੱਤੀ ਵੀ ਅੰਮ੍ਰਿਤਪਾਲ ਕਹਿੰਦਾ ਵੀ ਮੈਂ ਗੁਲਾਮ ਹਾਂ ਤੇ ਅਸੀਂ ਗੁਲਾਮ ਨਹੀਂ ਗੇ। ਵੀ ਇਹ ਦੱਸੇ ਵੀ ਅਸੀਂ ਤਾਂ ਆਜ਼ਾਦ ਹਾਂ। ਜਿਹੜੇ ਥਾਂ ਤੇ ਇਹਨੇ ਖੜ ਕੇ ਸਟੇਟਮੈਂਟ ਦਿੱਤੀ, ਉਸ ਥਾਂ ਤੇ ਅਣਪਛਾਤੀ ਪੁਲਿਸ ਨੇ ਸਾਡੇ ਗੋਲੀਆਂ ਮਾਰੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਬੀ, ਅੱਜ ਤਾਈਂ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ ਗਾ। ਜੇ ਅਸੀਂ ਮੰਨ ਕੇ ਚਲੋ ਆਜ਼ਾਦ ਹਾਂ ਤੇ ਦਬਾ ਇਹਨੂੰ ਕਿ ਇਨਸਾਫ਼ ਕਿੱਥੋਂ ਦਵਾਉਣਾ ਗਾ। ਕੱਲ ਜਦੋਂ ਇਹਨੂੰ ਫੋਨ ਲਾਇਆ, ਇਹਨੇ ਦੋਗਲੀਆਂ ਹੀ ਗੱਲਾਂ ਕਰਕੇ, ਮੈਂ ਕਿਹਾ ਵੀ ਜੇ ਤਾਂ ਤੇਰਾ ਕੋਈ ਨਿੱਜੀ ਮਤ ਭੇਦ ਆ ਵੀ ਬੋਲਣਾ ਹੀ ਮਾੜਾ ਤੂੰ ਅੰਮ੍ਰਿਤਪਾਲ ਬਾਰੇ, ਫਿਰ ਤਾਂ ਗੱਲ ਵੱਖਰੀ ਆ। ਨਹੀਂ ਮੈਂ ਕਿਹਾ ਵੀ ਅੰਮ੍ਰਿਤਪਾਲ ਬਾਰੇ ਇੱਕ ਵੀ ਸਬੂਤ ਦੇ ਵੀ ਆਹ ਐਂ ਕਰਦਾ ਜਾਂ ਇਹਨੇ ਮਾੜਾ ਕੁਛ ਕੀਤਾ ਗਾ ਜਾਂ ਕੁਛ ਕਰਦੇ, ਤੇ ਇਹਨੂੰ ਬੰਦੇ ਨੂੰ ਗੱਲ ਨਹੀਂ ਆਈ। ਨਹੀਂ ਆਈ ਆ ਤੇ ਮੁੰਡੇ ਨੂੰ ਫੋਨ ਫੜਾ ਤਾ। ਆਹ ਮੁੰਡੇ ਨੂੰ ਬਿੰਦੇ ਝਟੇ,
ਅਸੀਂ ਇਹਦੇ ਕਿਸੇ ਦਿਨ ਜੇ ਬੰਦਾ ਨਾ ਨਾ ਹਟਿਆ ਹੋਣ ਏਦੂ ਬਾਅਦ ਇਹਦੇ ਘਰੇ ਜਾ ਕੇ ਇਹਦੇ ਨਾਲ ਹਿਸਾਬ ਕਿਤਾਬ ਕਰਨਾ ਤੇ ਨਾਲੇ ਇਹਦੀ ਹੈਕ ਤੇ ਗੋਡਾ ਰੱਖ ਕੇ ਪੁੱਛਣਾ ਵੀ ਦੱਸ ਦੱਸ ਇਹਦੇ ਮਨ ਚ ਹੋਵੇਗਾ ਕਿ ਇਹਨਾਂ ਕਿਹੜਾ ਆਉਣਾ ਹੈ ਇਹਨੂੰ ਮੈਂ ਸਾਰਾ ਇਹ ਮੰਨਦਾ ਤੇ ਦੂਜੇ ਨੂੰ ਆ ਪਖੰਡੀਆਂ ਨੂੰ ਇਹਦੇ ਮੈਂ ਘਰੇ ਗਿਆ ਇਹਦੇ ਘਰੇ ਗਿਆ ਤੇ ਮਗਰ ਫੋਟੋ ਖਿੱਚੀ ਕਿਤੇ ਨੇ ਫੋਟੋ ਕਟਾਈ ਮਗਰ ਉਹ ਪਖੰਡੀ ਦੀ ਜਿਹੜੇ ਡੇਰਿਆਂ ਵਾਲੇ ਨੀ ਜਿਹੜੇ ਰਾਧਾ ਸਲਾਮੀ ਉਹ ਡੇਰਿਆਂ ਵਾਲਿਆਂ ਤੇ ਮੰਨਦਾ ਕ੍ਰਿਸ਼ਨ ਲਾਲ ਇਹ ਅਸੀਂ ਗੱਲ ਕਰਨੇ ਪਏ ਸੱਚੋ ਕ੍ਰਿਸ਼ਨ ਲਾਲ ਮਲੋਟ ਵਾਲੇ ਦੀ ਉਦੋਂ ਇਹਨੇ ਦੋ ਇੱਕ ਚੰਗਾ ਕੰਮ ਕੀਤਾ ਸੀ ਲੋਕਾਂ ਨੇ ਇਹਨੂੰ ਵਾਹ ਵਾਹ ਖੱਟੀ ਇਹਨੂੰ ਕੀਤੀ ਹੁਣ ਤੇ ਪੈਸੇ ਕੀ ਕਿਹਾ ਸੀ ਕੀ ਨਾਂ ਦਾ ਲੈਣਾ ਉਹਨੇ ਵੀ ਕਹਿਤਾ ਬਾਈ ਵੱਡੇ ਨੇ ਵੀ ਆਪਣੇ ਰਾਤ ਵੀ ਚੱਲ ਉਹ ਵੀ ਮਿਲ ਗਿਆ ਉਹਨੂੰ ਵੀ ਆਪਾਂ ਜਦੋਂ ਗੱਲ ਕਹੀਗੀ ਯਾਰ ਗੱਲ ਪਤਾ ਕੀ ਹੁੰਦੀ ਆ ਜੇ ਤੁਸੀਂ ਹੱਕ ਸੱਚਾਂ ਦੀ ਗੱਲ ਕਰਦੇ ਆ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਦੀ ਗੱਲ ਫਿਰ ਹੈਕ ਤਾਣ ਕੇ ਕਰੋ ਨਾ ਦੋਗਲੇ ਪਣੇ ਵਾਲੀ ਨਾ ਗੱਲ ਵਿਖਾ ਮਾੜੀ ਫੋਟੋ ਇਹਨੇ ਉਹਦੀ ਬਿੱਟੇ ਨਾਲਿਆਂ ਦੀ ਕੀ ਯਾਰੀ ਹੈ ਇਹ ਸੱਚਾ ਖਾਖੀ ਹੈ ਤੇ ਬੰਦੇ ਦਾ ਪੁੱਤ ਕ੍ਰਿਸ਼ਨ ਲਾਲ ਬਣ ਜਾ ਤੇਰਾ ਹੋਰ ਕਿਤੇ ਤੁੱਕਾ ਚੱਲਦਾ ਦਬਕੇ ਦੁਬਕੇ ਇੱਥੇ ਮੰਤਰੀ ਹਰਾਂ ਦੇ ਤੇਰੇ ਦਬਕੇ ਕੋ ਨਹੀਂ ਚੱਲਣੇ ਤੇ ਬੰਦੇ ਦਾ ਪੁੱਤ ਬਣ ਜਾ ਵਿਖਾ ਇਹਨੇ ਪੋਸਟ ਸ਼ੇਅਰ ਕੀਤੀ ਆ ਬਿੱਟੇ ਦੀ ਵੀ ਘਰੇ ਜਨਾਨੀ ਇਹਨਾਂ ਨੂੰ ਚਾਹ ਨਹੀਂ ਫੜਾਉਂਦੀ ਗੀ ਤੇ ਇਹ ਚੱਲੇ ਖਾਲਿਸਤਾਨ ਬਣਾਉਣ ਜੇ ਜਿਨ੍ਹਾਂ ਨੇ ਸਾਡੇ ਪਿੱਛੇ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਦੇ ਸਿਰਾਂ ਤੇ ਇਹ ਨੀਹਾਂ ਰੱਖੀਆਂ ਇਹ ਜਿਹੜੇ ਦੇਸ਼ 'ਚ ਤੂੰ ਆਜ਼ਾਦੀਆਂ ਮਾਣਦਾ ਫਿਰਦਾ ਨਾ ਇਸੇ ਦੇਸ਼ ਨੇ ਆ ਕੇ ਸਾਡੇ 'ਤੇ ਟੈਂਕ ਚੜਾਏ ਸੀਗੇ ਉਹਦੇ ਕਰਕੇ ਸਾਡੀ ਇਹ ਲੜਾਈ ਆ ਇਹ ਬਾਦਸ਼ਾਹਤ ਦੀ ਲੜਾਈ ਹੈ ਤਖਤਾਂ ਦੀ ਲੜਾਈ ਹੈ ਇਹ ਰਾਜ ਕਰੇਗਾ ਖਾਲਸਾ ਤੇ ਖਾਲਸੇ ਨੇ ਕਰਨਾ ਤੇ ਕੀਤਾ ਖਾਲਸੇ ਨੇ ਕੀਤਾ ਤੇ ਜੇ ਹਟਿਆ ਨਾ ਬੋਲੜੋ ਤੇ ਸਿੱਧੀ ਗੱਲ ਫਿਰ ਨਾ ਆਖੇ ਫਿਰ ਕੋਈ ਇਹਨਾਂ ਸੋਧਾ ਇਹਨੂੰ ਲੱਗ ਗਿਆ ਫਿਰ ਇਹਨੂੰ ਲੱਗ ਜਾਣਾ ਨਹੀਂ ਤੇ ਸੋਧਾ ਲੱਗਣਾ ਹੀ ਹੈ ਜਦੋਂ ਬਿੰਦੇ ਝੱਟੇ ਆ ਕੇ ਤੂੰ ਆ ਕੇ ਉੱਥੇ ਕਹਿੰਦਾ ਸੰਗਤਾਂ ਦੇ ਵਿੱਚ ਖੜ ਕੇ ਵੀ ਅਸੀਂ ਆਜ਼ਾਦ ਹਾਂ ਉਹ ਦੱਸੇ ਵੀ ਗੁਲਾਮੀ ਕਿਵੇਂ ਆ ਤੂੰ ਮੈਨੂੰ ਇੱਕ ਵੀ ਤਰੀਕੇ ਨਾਲ ਦੱਸ ਤੁਸੀਂ ਇਕੱਲਾ ਗੰਦ ਪਤਾ ਕੀ ਪਾਉਣਾ ਇਹ ਜੱਟ ਮਾਝਵੀ ਦਾ ਰੌਲਾ ਇਹ ਆਏ ਆ ਇਹ ਮਾੜੀਆਂ ਜਾਤੀਆਂ ਅੱਜ ਪਤਾ ਕਾਹਦੇ ਤੇ ਲਾਈਵ ਹੋਇਆ ਹੋਇਆ ਸੀ ਇਹ ਸਵੇਰੋ ਸਵੇਰੀ ਇਹ ਲਾਈਵ ਹੋਇਆ ਹੋਇਆ ਸੀਗਾ ਜਿਹੜੇ ਪਿੱਛੇ ਚੈਨਾ ਬਾਰਡਰ ਤੇ ਲੜੇ ਨੀ ਗੇ ਚੈਨਾ ਬਾਰਡਰ ਤੇ ਲੜੇ ਆ ਤੇ ਇਹ ਸ਼ੇਅਰ ਕਰ ਦਿਓ ਬਾਈ ਖਿੱਚ ਕਹਿੰਦੇ ਤੱਕ ਪਹੁੰਚਾ ਦਿਓ ਕਿ ਤੂੰ ਆਪਦਾ ਤੈਨੂੰ ਪੁਲਿਸ ਦੀ ਨੌਕਰੀ ਜੋ ਵੀ ਤੇਰੀਆਂ ਕਰਤੂਤਾਂ ਕਰਕੇ ਤੈਨੂੰ ਉਹਨਾਂ ਕੱਢਿਆ ਸ਼ੇਅਰ ਇਹਨੇ ਤਾਂ ਕੀਤਾ ਇਹਨੇ ਕੀਤੀ ਸਵੇਰੇ ਵੀ ਜਿਹੜੇ ਬਾਰਡਰ ਤੇ ਚੈਨਾ ਵਾਲਿਆਂ ਨਾਲ ਲੜੇ ਆ ਨਾ ਫੌਜੀਆਂ ਨਾਲ ਤੇ ਉਹ ਸਿੱਖ ਲਾਈ ਦੇ ਸੀਗੇ ਮੰਨ ਲਿਆ ਵੀ ਹੈ ਤਾਂ ਪੰਜਾਬੀ ਸੀ ਇਹਨੇ ਦਿਖਾਇਆ ਵੀ ਇਹ ਕਹਿੰਦਾ ਵੀ ਇਹ ਭਾਈਚਾਰੇ ਦੇ ਸੀਗੇ ਮਾਝਵੀ ਸਿੱਖ ਸੀ ਰਵਿਦਾਸ ਸੀ ਇਹ ਭਾਈਚਾਰੇ ਦੇ ਜਿੰਨਾਂ ਲੋਕਾਂ ਨੇ ਇਹਨਾਂ ਨੇ ਪਾੜਾ ਪਾਇਆ ਵਿਆ ਉਹਨਾਂ ਕਿਸੇ ਨੇ ਨਹੀਂ ਪਾਇਆ ਜੇ ਰੰਗਰੇਟੇ ਰੰਗਰੂਟੇ ਵਰਗੇ ਊਂ ਕਿਸੇ ਦੇ ਸਿੱਖਾਂ ਦੇ ਹੋਣਾ ਜਿਹੜੇ ਉੱਥੇ ਜ਼ਿਮੀਂਦਾਰ ਹੀ ਹੋਣੇ ਲਤੀਫਪੁਰੇ ਜ਼ਿਆਦਾਤਰ ਮੈਨੂੰ ਇਹ ਲੱਗਦਾ ਗਾ ਤੇ ਫਿਰ ਜੇ ਉਹਨਾਂ ਦੇ ਘਾਟ ਆ ਤੇ ਉਹਨਾਂ ਦੇ ਕਿੰਨਾ ਕੁ ਚੰਗਾ ਹੋ ਗਿਆ ਮੰਨ ਕੇ ਚਲੋ ਜਿਹੜਾ ਕਹਿ ਰਿਹਾ ਪੰਜਾਬ ਤੇ ਉਹ ਹਰੇਕ ਸਿੱਖ ਤੇ ਹੀ ਵਰਤਣਾ ਉਹ ਭਾਵੇਂ ਜੱਟ ਹੋਵੇ ਉਹ ਭਾਵੇਂ ਮਾਝਵੀ ਹੋਵੇ ਸਾਡੀਆਂ ਸਰਕਾਰਾਂ ਸਾਡੇ ਆਪਦੇ ਬਾਬੇ ਜਾਂ ਇਹੋ ਜਿਹੇ ਰੰਗਰੇਟੇ ਵਰਗੇ ਤੇ ਇਹੋ ਜਿਹੇ ਚਵਲ ਬੰਦੇ ਇਹ ਜਿੰਨਾ ਮਰਜ਼ੀ ਕਹੀ ਜਾਣ ਆ ਕੱਟ ਬਾਬਾ ਹੈਨਾ ਇਹ ਜਿੰਨਾ ਮਰਜ਼ੀ ਕਹੀ ਜਾਣ ਇਹਨਾਂ ਨੂੰ ਨਾ ਇੱਕ ਮਿੰਟ ਚੱਲ ਇਹਨਾਂ ਬੰਦਿਆਂ ਨੇ ਆ ਕੇ ਨਹੀਂ ਰਲ ਸਕਦੇ ਕਿ ਨਾ ਹੀ ਇਹ ਕੌਮ ਦੇ ਵਿੱਚ ਵੰਡੀਆਂ ਪਾਉਣੋਂ ਰੁਕ ਸਕਦੇ ਆ ਐਂਡ ਇਹ ਜੁੱਤੀਆਂ ਵਾਲੀ ਹਾਲਤ ਕਰਨਗੇ ਤੇ ਜੁੱਤੀਆਂ ਇਹਨਾਂ ਨੇ ਖਾਣ ਇਹਨਾਂ ਨੂੰ ਬਾਬਾ ਜੁੱਤੀਆਂ ਪਹਿਣਗੀਆਂ ਇਹ ਜਿਹੜਾ ਰੰਗਰੇਟਾ ਆ ਤੇ ਇਹ ਆਪਾਂ ਯਾਰ ਅਸੀਂ ਰੰਗਰੇ ਅਸੀਂ ਕਹਿੰਦੇ ਕਿ ਸਾਡਾ ਕੋਈ ਕਿਸੇ ਨਾਲ ਦੁਸ਼ਮਣੀ ਕੋਨੀ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਗੁਰੂ ਦੇ ਹੁਣ ਸਿੱਖ ਹਾਂ ਇੱਕ ਬਾਬਾ ਗੱਲ ਕਰਨੀ ਅੱਜ ਕਿ ਜਿੱਦਣ ਮੇਰੇ ਮੂੰਹੋਂ ਮੈਂ ਜਿੱਦਣ ਦਾ ਗੁਰੂ ਦਾ ਸਿੱਖ ਬਣਿਆ ਜੇ ਮੇਰੇ ਮੂੰਹੋਂ ਤੁਸੀਂ ਸੁਣ ਲਓ ਕਿ ਮੈਂ ਜੱਟ ਹਾਂ ਤੇ ਮੈਂ ਵੀ ਗੁਰੂ ਦਾ ਸਿੱਖ ਨਹੀਂ ਗਾ ਬਿਲਕੁਲ ਯਾਰ ਤੂੰ ਉੱਥੇ ਰਹਿੰਦਾ ਹੀ ਆ ਹੁਣ ਅਸੀਂ ਪਿੰਡੋਂ ਗਏ ਸੀਗੇ ਅੱਜ ਮੈਂ ਤੁਹਾਨੂੰ ਦੱਸਦਾ ਵੀਰ ਦਾ ਵੀ ਦਿਖਾ ਚਿਹਰਾ ਮਾੜਾ ਜਿਹਾ ਇਹ ਵੀਰ ਜੱਟਾਂ ਦਾ ਮੁੰਡਾ ਮੈਂ ਇੱਕੋ ਪਿੰਡ ਦੇ ਹਾਂ ਅਸੀਂ ਮੈਂ ਰਾਜਪੂਤਾਂ ਦਾ ਮੁੰਡਾ ਤੇ ਜਿਹੜਾ ਸਾਡੇ ਨਾਲ ਤੀਜਾ ਬੰਦਾ ਗਿਆ ਉਹ ਮਾਝਵੀ ਸਿੱਖਾਂ ਦਾ ਮੁੰਡਾ ਸਾਨੂੰ ਯਾਰ ਅੱਜ ਤਾਈਂ ਵੀ ਕੋਈ ਦੱਸੇ ਅਸੀਂ ਜੱਟ ਮਾਝਵੀ ਵਾਲੀ ਕੋਈ ਗੱਲ ਕੀਤੀ ਯਾਰ ਵਹੀਰ ਦੇ ਵਿੱਚ ਇਹੋ ਜਿਹਾ ਕੋਈ ਵੀ ਵਰਗ ਹੈ ਨੀ ਗਾ ਭਾਵੇਂ ਉਹ ਤਗੜਾ ਹੋਵੇ ਜਾਂ ਉਹ ਗਰੀਬ ਤਬਕਾ ਹੋਵੇ ਭਾਵੇਂ ਉਮਰ ਦਾ ਵਰਗ ਰੱਖ ਲਓ ਭਾਵੇਂ ਉਹ ਕੰਮ ਕਾਰਾਂ ਦਾ ਵਰਗ ਰੱਖ ਲਓ ਪੈਸੇ ਚ ਉੱਚਾ ਨੀਵਾਂ ਰੱਖ ਲਓ ਹਰੇਕ ਤਰ੍ਹਾਂ ਦੇ ਲੋਕ ਆਉਂਦੇ ਆ ਇਹਨਾਂ ਨੂੰ ਪਤਾ ਨੀ ਕੀ ਹੋ ਜਾਂਦਾ ਜਿਹੜਾ ਉਹ ਆਪਣਾ ਬੇਲੀ ਮੇਨ ਖਜ਼ਾਨਚੀ ਹੈ ਉਹ ਦੇਗਾ ਹੀ ਮਾਝਵੀ ਸਿੱਖ ਕੁੜੀ ਸ਼ਰਮ ਆਉਣੀ ਚਾਹੀਦੀ ਰੰਗਰੇਟਾ ਤੂੰ ਬਣਿਆ ਪਿਆ ਨਾ ਕ੍ਰਿਸ਼ਨ ਲਾਲ ਤੇਰੀ ਮੈਨੂੰ ਰਾਗ ਪਤਾ ਤੂੰ ਕੀ ਚੀਜ਼ ਹੈ
तेरा मैनू पता है तू की करतूतां घोटना लस्सी ते बंदे दा पुत बन जा तेरे तो किसे डरना को नहीं हूं असि हुण गुरु दे सिंह बन गए खालसे हिक ते नचांगे तेरी हिक ते ये तेरे मन च कोई चाह वे एक आप खा फोटो होर विखाउणी कट फोटो कल दिहाड़े दिया दूजी कट कल दिहाड़े ते ये बंदा इन्दे ते परचा करवाउंदा सी ए इहने इह कहा ना वीडियो किसे ने बनाई है ते आपदे पेज ते पाई क्यों दिया मिन्तां करदा पिया उहनूं वीडियो बनाउणा शर्म आउणी चाहीदी मूंह वेख किवें दा तू बनाया गंदा आ मूंह बना के वेख खड़ा ਉਹਨੂੰ ਉਹ ਇਹ ਸਾਰੀ ਵੀਡੀਓ ਜੇ ਕਿਤੇ ਵਿਖਾਈਏ ਨਾ ਕੱਲ ਨੂੰ ਵਿਖਾਵਾਂਗੇ ਵੇ ਆ ਇਹ ਬੰਦਾ ਨਾ ਜਿਹੜਾ ਇਹ ਬੰਦਾ ਹੈ ਇਹ ਤੈਨੂੰ ਪਤਾ ਗੱਲ ਦਾ ਨਹੀਂ ਮੈਨੂੰ ਇਹ ਮੱਟ ਦੇ ਨਾਲ ਇਹਨੇ ਲੜਾਈ ਪਾਈ ਸੀ ਜਦੋਂ ਚੰਨੀ ਦੀ ਨਾ ਵੀਡੀਓ ਬਣਾਈ ਸੀ ਮੱਟ ਉਦੋਂ ਇਹਨਾਂ ਮੱਟ ਵਰਗਿਆਂ ਤੋਂ ਕੋਈ ਲੈ ਲਿਆ ਨਾ ਚਾਹ ਪਾਣੀ ਆਹੋ ਉਦੋਂ ਕਹਿੰਦੇ ਸੀਗੇ ਵੀ ਹੁਣ ਇਹ ਮੱਟ ਵਰਗੇ ਤੇ ਢਿੱਲੋਂ ਬਠਿੰਡੇ ਵਾਲੇ ਵਰਗੇ ਲੋਟ ਆਏ ਆ ਇਹਨਾਂ ਨੇ ਉਹ ਬਣਾਈ ਸੀ ਹਾਂ ਠੀਕ ਆ ਵੀ ਅਸੀਂ ਇਹਨਾਂ ਨੇ ਕਹਿੰਦੇ ਸੀ ਰਵਿਦਾਸੀਏ ਭਾਈਚਾਰੇ ਤੇ ਗਏ ਵੀ ਇਹ ਚੰਮ ਦਾ ਕੰਮ ਕਰਦੇ ਸੀਗੇ ਵੀ ਤਾਂ ਇਹਨਾਂ ਦੇ ਵੀ ਉਸ ਵੀ ਸਾਡੀ ਫਰੋਲਿਆ ਪਿਛਲੀ ਗੱਲ ਨੂੰ ਉਹੀ ਹਾਂ ਇਹਨਾਂ ਨੇ ਬਾਅਦ ਚ ਕੋਈ ਪਰਚਾ ਨੀ ਕੋਈ ਢਿੱਲੋਂ ਤੇ ਪੈਸੇ ਲਏ ਨੇ ਮੁੱਦਿਆਂ ਨੂੰ ਭੜਕਾਉਂਦੇ ਆ ਜਿਹੜਾ ਅਗਲਾ ਬੰਦਾ ਹੁੰਦਾ ਉਹਨੂੰ ਨਵੇੜਨ ਵਾਸਤੇ ਕੋਈ ਨਾ ਕੋਈ ਰਾਹ ਲੱਭਣਾ ਹੁੰਦਾ ਗਾ ਉਹ ਪੁਲਿਸ ਨੂੰ ਦੇਣ ਦੀ ਬਜਾਏ ਇਹ ਪੁਲਿਸ ਵਾਲੇ ਕੁੱਤੇ ਹੀ ਹੁੰਦੇ ਆ ਕੁੱਤੇ ਉਹ ਪੁਲਿਸ ਵਾਲਾ ਹੀ ਹੈ ਉਹੀ ਪੁਲਿਸ ਵਾਲਿਆਂ ਦਾ ਕੰਮ ਇਹਨੂੰ ਦਾ ਪੇ ਚ ਆਉਂਦੇ ਆ ਉਹੀ ਲੱਛਣ ਇਹ ਕਰੀ ਜਾਂਦਾ ਉਧਰੋਂ ਨਿਕਲਿਆ ਤਾਂ ਹੁਣ ਇਹ ਇੱਧਰ ਲੱਛਣ ਕਰਨ ਲੱਗ ਪਿਆ ਗਾ ਇਹਦੇ ਪੇਜ ਤੇ ਕਦੋਂ ਦਾ ਲੱਗਾ ਪੇਜ ਤੇ ਇਹਦੇ 500 ਬੰਦਾ ਨਹੀਂ ਜੁੜਿਆ ਇਹਨੂੰ ਕੋਈ ਸੁਣਦਾ ਥੋੜਾ ਹੈ ਨਹੀਂ ਨਹੀਂ ਇਹਨੂੰ ਯਾਰ ਇਹੋ ਜਿਹੇ ਬੰਦਿਆਂ ਨੂੰ ਸੁਣ ਕੇ ਲੈਣਾ ਕਿਸੇ ਨੇ ਕੀ ਆ ਜਿਨ੍ਹਾਂ ਨੂੰ ਕੁਛ ਮਿਲਦਾ ਹੀ ਨਹੀਂਗਾ ਉਹਨਾਂ ਨੇ ਨਹੀਂ ਕੁਛ ਵੀ ਇਹਨਾਂ ਇਹ ਬੰਦੇ ਤਾਂ ਜਿੰਨਾ ਪਾੜਾ ਪਾ ਸਕਦੇ ਆ ਨਾ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਥੇ ਇਕੱਤਰਤਾ ਤੇ ਤੂੰ ਪਹੁੰਚਿਆ ਉੱਥੇ ਆ ਕੇ ਤੂੰ ਆਜ਼ਾਦੀ ਦੀ ਜਾਂ ਤੂੰ ਕਾਸੇ ਦੀ ਵੀ ਗੱਲ ਕਰਦਾ ਗਾ ਜਾਂ ਤੂੰ ਗੁਲਾਮੀ ਦੀ ਗੱਲ ਕਰਦਾ ਤੂੰ ਮੈਨੂੰ ਇਹ ਤਾਂ ਤੂੰ ਸਪਸ਼ਟ ਕਰ ਦੇ ਲੈ ਤੇਰੇ ਕੋਲੇ ਆ ਜਾਂਦੇ ਆ ਕਿਸੇ ਦਿਨ ਤੂੰ ਸਾਨੂੰ ਸਪਸ਼ਟ ਕਰ ਦੇ ਵੀ ਅਸੀਂ ਗੁਲਾਮ ਕਿਉਂ ਨਹੀਂ ਗੇ ਕਿਹੜੀ ਗੱਲੋਂ ਸਿੱਖ 30-30 32-32 ਸਾਲ ਸਾਡੇ ਬੰਦੀ ਸਿੰਘਾਂ ਨੂੰ ਹੋ ਗਿਆ ਹੈਂ 32 ਸਾਲ ਉੱਥੇ ਹੋ ਗਏ ਬੈਠਿਆਂ ਨੂੰ ਸਾਡੇ ਨਾਲ ਗੁਰਦੀਪ ਸਿੰਘ ਖੈੜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਿੰਡ ਦੀ ਫੌਜ ਉਹ ਵੀ ਗੁਰਦੀਪ ਸਿੰਘ ਜੀ ਖੈੜਾ ਸਭ ਤੋਂ ਵੱਧ 32 ਸਾਲ ਹੋ ਗਿਆ ਅੱਜ ਤਾਈਂ ਇੰਡੀਆ ਦੀ ਹਿਸਟਰੀ ਚ ਦਿਖਾਵੇ ਕੋਈ ਕਿਸੇ ਬੰਦੇ ਨੇ ਸਿੱਖਾਂ ਤੋਂ ਬਿਨਾਂ 32 ਸਾਲ ਜੇਲ ਕੱਟਣਾ ਇਹ ਫਿਰ ਤੇਰੇ ਹਿਸਾਬ ਨਾਲ ਇਹ ਬੰਦਾ ਕ੍ਰਿਸ਼ਨ ਲਾਲ ਇਹ ਗੱਲ ਸਿੱਖਾਂ ਦੀ ਕਰਦਾ ਹੈ ਗੱਲ ਸਿੱਖੀ ਦੀ ਕਰਦਾ ਤੇ ਨਾ ਕ੍ਰਿਸ਼ਨ ਲਾਲ ਰੱਖਿਆ ਇਹਦਾ ਕ੍ਰਿਸ਼ਨ ਸਿੰਘ ਖਿੱਚਣਾ ਚਾਹੀਦਾ ਯਾਰ ਮੈਨੂੰ ਤਾਂ ਇਹਦਾ ਪਤਾ ਹੀ ਨਹੀਂ ਲੱਗਦਾ ਇਹ ਬਾਹਮਣ ਆ ਇੱਕ ਮਾਝੀ ਸਿੱਖ ਆ ਜੱਟ ਆ ਕਿਹੜੇ ਭਾਈਚਾਰੇ ਨਾਲ ਆ ਤੂੰ ਕਿਹੜਾ ਤੂੰ ਆਪਦਾ ਕੋਈ ਕਲੀਅਰ ਦਾ ਕਰ ਯਾਰ ਵੀ ਤੇਰਾ ਭਾਈਚਾਰਾ ਕਿਹੜਾ ਗਾ ਤੂੰ ਜਾਂ ਤਾਂ ਹੋਵੇ ਵੀ ਹੈ ਮੋਹਰ ਤਾਂ ਪੱਕੀ ਹੋਵੇ ਜੇ ਤਾਂ ਮਾਝੀ ਸਿੱਖ ਵੀ ਹੋਵੇ ਉਹਦੇ ਪਿੱਛੇ ਵੀ ਸਿੰਘ ਲੱਗਾ ਹੀ ਹੁੰਦਾ ਜੱਟ ਪਿੱਛੇ ਵੀ ਸਿੰਘ ਲੱਗਾ ਹੁੰਦਾ ਜਿਹੜਾ ਕੋਈ ਆਪਾਂ ਪੈਸਿਆਂ ਚ ਮਾੜੇ ਹੋ ਸਕਦੇ ਆ ਆਪਾਂ ਇਹ ਵੀ ਕਹਿ ਸਕਦੇ ਆ ਵੀ ਇਹ ਬੰਦੇ ਆ ਸਾਡੇ ਨਾਲ ਵਾਧਾ ਘਾਟਾ ਕਰ ਸਕਦੇ ਪਰ ਗੁਰੂ ਨੇ ਤਾਂ ਨੀ ਕਿਸੇ ਨਾਲ ਕੀਤਾ ਉਹਨੇ ਤਾਂ ਜੱਟ ਨੂੰ ਵੀ 5 ਕਕਾਰ ਦਿੱਤੇ ਆ ਉਹੀ ਬਾਟਾ ਅੰਮ੍ਰਿਤ ਦਾ ਉਹਨੂੰ ਦਿੱਤਾ ਗਾ ਗੁਰੂ ਨੇ ਉਹੀ ਬਾਟਾ ਮਾਝੀ ਸਿੱਖ ਨੂੰ ਦਿੱਤਾ ਗਾ ਤੂੰ ਦੱਸ ਮੰਤਰੀ ਜਿੱਦਣ ਬਾਟਾ ਤੁਸੀਂ ਦੋਵਾਂ ਨੇ ਮੂੰਹ ਨੂੰ ਲਾਇਆ ਤੇ ਉਦਣ ਤੁਸੀਂ ਵੇਖਿਆ ਸੀ ਮੇਰੇ ਇੱਧਰਲੀ ਜਾਤ ਵਾਲਾ ਕਿਹੜਾ ਤੇ ਇੱਧਰਲੀ ਨਹੀਂ ਨਹੀਂ ਮੈਂ ਨਹੀਂ ਪਤਾ ਮੇਰੇ ਅੱਗੇ ਪਤਾ ਮੈਨੂੰ ਉਂਝ ਮੈਂ ਆਪਾਂ ਨੂੰ ਐ ਪਤਾ ਲੱਗ ਹੀ ਜਾਂਦਾ ਹੈ ਪਰ ਆਪਾਂ ਕਦੀ ਆਪਾਂ ਕਿਹਾ ਕਿ ਯਾਰ ਇੱਥੇ ਗੁਰੂ ਦਾ ਮੰਨ ਲਓ ਇੱਕ ਬਾਟੇ 'ਚ ਤਾਂ ਛਕਿਆ ਇੱਕ ਬਾਟੇ 'ਚ ਛਕਿਆ ਹੈ ਤੇ ਮੇਰਾ ਬੱਚਾ ਜਿਹੜਾ ਪਚੰਗੀ ਹੈ ਉਹਨੂੰ ਮੈਂ ਕਿਹਾ ਪੁੱਤ ਇੱਥੇ ਤੂੰ ਇਹ ਨਹੀਂ ਆਖਣਾ ਕਿ ਇੱਥੇ ਆ ਕਿਵੇਂ ਦਾ ਆ ਕਿਵੇਂ ਦਾ ਆਪਾਂ ਇੱਕ ਬਾਟੇ 'ਚ ਛਕਣਾ ਉਹਨੂੰ ਬੱਚੇ ਨੂੰ ਸਮਝਾਈ ਗੱਲ ਕਿ ਆਪਾਂ ਸਤ ਕਰਕੇ ਮੰਨਣਾ ਉਪਦੇਸ਼ ਹੈ ਸਾਰਿਆਂ ਨੂੰ ਇੱਕ ਕਰ ਦਿੰਦਾ ਇੱਕ ਕਰ ਦਿੰਦਾ ਤੇ ਜਿੱਦਣ ਆਪਾਂ ਗੁਰਪ੍ਰੀਤ ਉੱਥੇ ਛਕਿਆ ਹੀ ਨਾ ਅੰਮ੍ਰਿਤ ਤੈਨੂੰ ਭਰਾ ਤੌਰ ਤੇ ਗੱਲ ਕਰਨੇ ਚੱਲ ਇਹ ਵੀ ਫੇਸਬੁੱਕ ਦੇ ਭਰਾ ਆਪਾਂ ਉਦਣ ਹੀ ਕਹਿਤਾ ਸੀ ਮੈਂ ਕਿਹਾ ਜੱਟ ਵਾਲਾ ਜਿਹੜਾ ਜੱਟ ਉਹ ਮਰ ਗਿਆ ਗੁਰੂ ਦਾ ਸਿੱਖ ਰਹਿ ਗਿਆ ਗੁਰੂ ਦਾ ਸਿੱਖ ਰਹਿ ਗਿਆ ਸਿੱਖ ਦੀ ਗੱਲ ਹੀ ਇਹ ਆ ਵੀਰੇ ਮੰਤਰੀ ਇਹਨਾਂ ਲੋਕਾਂ ਨੂੰ ਬਿਨਾਂ ਪੈਸੇ ਦੇ ਲਾਲਚ ਲੋਭ ਤੋਂ ਬਿਨਾਂ ਕੋਈ ਗੱਲ ਨਹੀਂ ਇਹਨਾਂ ਨੇ ਸਿੱਖ ਕੌਮ ਵਾਸਤੇ ਕੋਈ ਆਵਾਜ਼ ਨਹੀਂ ਉਠਾਉਣੀ ਗੀ ਜੇ ਜਾਣਾ ਇਹਨਾਂ ਨੂੰ ਇਹ ਵੇਖਣਾ ਗਾ ਵੀ ਸਾਨੂੰ ਉਹਦੇ ਚੋਂ ਫਾਇਦਾ ਕੀ ਨਿਕਲਦਾ ਹਾਂ ਅੰਮ੍ਰਿਤਪਾਲ ਮੈਨੂੰ ਇਹ ਲੱਖੇ ਮਗਰ ਮੈਂ ਸਹੀ ਤੈਨੂੰ ਅੱਜ ਗੱਲ ਦੱਸਾਂ ਇਹ ਮੇਰੇ ਸਾਹਮਣੇ ਅਸੀਂ ਲੱਖੇ ਹੁਣ ਵੀ ਆਪਾਂ ਰਾਤ ਵੀ ਲੱਖੇ ਕੋਲੇ ਬੈਠੇ ਰਹੇ ਹਾਂ ਜੀ ਰਾਤ ਉੱਥੇ ਆਪਾਂ ਗੱਲ ਗੁਰਪ੍ਰੀਤ ਇਹ ਗੱਲ ਕਹਿੰਦੇ ਹਾਂ ਕਿ ਲੱਖੇ ਨਾਲ ਮੈਂ 5 ਸਾਲ ਹੋ ਗਏ ਵਰਤਦੇ ਨੂੰ 22 ਲੱਖੇ ਨਾਲ ਤੇ
ਸਾਨੂੰ ਪਤਾ ਬਾਈ ਲੱਖਾ ਕਿਵੇਂ ਦਾ ਬੰਦਾ ਹੈ, ਪਰ ਮੈਂ ਇਹਦੀ ਕਰਨਾ ਕਿ ਲੱਖਾ ਇਹਨੂੰ ਮੂੰਹ ਨਹੀਂ ਲਾ ਕੇ ਰਾਜੀ, ਲੱਖਾ ਮੈਂ ਬਹਾ ਕੇ ਗੱਲ ਮੈਂ ਸਾਹਮਣੇ ਕਵਾ ਦਿਆਂਗਾ ਕਿ ਲੱਖਾ ਇਹਨੂੰ ਮੂੰਹ ਲਾ ਕੇ ਨਹੀਂ ਰਾਜੀ। ਇੱਕ ਕਹਿੰਦੀ ਹੋਰ ਬੜੀ ਵੱਡੀ ਗੱਲ, ਰਾਤ ਮੈਂ ਕੀਤੀ ਨਾ ਬਾਈ ਲੱਖੇ ਕੋਲੇ ਗੱਲ, ਮੈਂ ਕਿਹਾ ਬਾਈ ਤੁਸੀਂ ਇਹਨੂੰ ਵੀਡੀਓ ਬਣਾਉਂਦਾ ਕਿ ਯਾਰ ਅਗਲਾ ਰੋਟੀ ਪਾਣੀ ਬੰਦਾ ਹੱਗਦਾ ਹੈ, ਰੋਟੀ ਪਾਣੀ ਖਾਂਦਾ ਹੈ, ਕਿਤੇ ਗੰਜ ਜਾਂਦਾ ਹੈ, ਵੀਡੀਓ ਬਣਾਉਣ ਲੱਗ ਪੈਂਦਾ, ਇਹਦਾ ਕੰਮ ਹੀ ਵੀਡੀਓ ਬਣਾਉਣਾ ਹੈ। ਇਹਨੇ ਪਰਸੋਂ ਵੀ ਲੱਖੇ ਦੇ ਮਗਰ ਜੱਫੀ ਪਾ ਕੇ ਵੀਡੀਓ ਬਣਾਈ, ਉਸ ਗੱਲ ਦੀ ਲੱਖਾ ਬੜਾ ਗੁੱਸਾ ਮੰਨਦਾ ਰਾਤ ਹੀ ਤੇਰੀ ਬਦਨਾਮੀ ਕਰਾਏਗਾ, ਅਸੀਂ ਤੇਰੇ ਨਾਲ ਅੱਜ ਵੀ ਤੇ ਕੱਲ ਵੀ ਨਾਲ ਅੰਮ੍ਰਿਤਪਾਲ ਬਾਈ ਤੇ ਲੱਖਾ। ਯਾਰ ਜਿਹੜਾ ਬੰਦਾ ਪੰਜਾਬ ਵਾਸਤੇ ਪੰਜਾਬ ਦੇ ਹੱਕਾਂ ਦੀ ਰਾਤ, ਯਾਰ ਉਹਨੇ ਬੰਦੇ ਨੇ, ਤੂੰ ਇਹ ਸੋਚ ਯਾਰ ਇੱਕ ਮਿੰਟ, ਪੰਜਾਬ ਚੋਂ ਕੱਲਾ ਤਾਂ ਨੀ ਵਸਦਾ, ਆਪਦੇ ਘਰੇ ਜ਼ਮੀਨ ਜਾਇਦਾਦ ਤਾਂ ਹੈਗੀ ਆ, ਸਾਰੇ ਨਜ਼ਾਰੇ ਲੈ ਸਕਦਾ ਹੈ। ਉਹ ਕਹਿੰਦਾ ਵੀ ਸਾਨੂੰ ਇਹ ਪੰਜਾਬ ਦਾ ਮਾਹੌਲ ਕਿਹੋ ਜਿਹਾ ਸਾਨੂੰ ਸਿਰਜਣਾ ਪਊਗਾ ਵੀ ਜਿਹਦੇ ਕਰਕੇ ਯਾਰ ਕੌਮ ਆਵਾਮ ਉੱਠ ਖੜੇ ਸਾਡੀ, ਹਨਾ, ਵੀ ਜਿਹਦੇ ਚ ਸਾਨੂੰ ਇੱਕ ਨਿਸ਼ਾਨਾ ਥੱਲੇ ਇੱਕ ਛਾਵੇਂ ਆਪਾਂ ਨੂੰ ਉੱਠਣ ਦਾ ਵੀ ਖੰਡ ਦਾ ਬਾਲ ਮਿਲ ਜਾਵੇ। ਤੇ ਇਹ ਸੱਚੇ ਪਾਤਸ਼ਾਹ ਨੇ ਇਹੋ ਜਿਹੀਆਂ ਕਲਾ, ਰਾਤ ਵੀ ਉਹਨੂੰ ਵੀਰ ਨੂੰ ਉਹੀ ਦੀਪ ਸਿੱਧੂ ਵਾਲੀ ਵੀਰ ਵਾਲੀ ਗੱਲ ਆਖੀ ਸੀ, ਮੈਂ ਕਿਹਾ ਇਹ ਕਲਾ ਵਰਤ ਜਾਣੀ ਆ ਆਉਣ ਵਾਲਾ ਸਮਾਂ, ਅੱਗੇ ਜਿਵੇਂ ਅੰਦੋਲਨ ਵੇਲੇ ਇਹ ਗੱਲ ਬਣ ਗਈ ਆ ਨਾ, ਇਹ ਕਿਸੇ ਨੇ ਬਣਾਈ ਨਹੀਂ ਸੀਗੀ, ਇਹ ਐਟੋਮੈਟਿਕ ਹੀ ਵਰਤਾਰੇ ਵਰਤੇ ਸੀਗੇ ਤੇ ਆਉਣ ਵਾਲੇ ਸਮੇਂ ਚ ਵੀ ਇਵੇਂ ਹੀ ਵਰਤਨੇ ਆ। ਇੱਕ ਗੱਲ ਹੋਰ, ਉਹਨੇ ਰਾਤ ਇਹ ਨਹੀਂ ਕਿ ਅੰਮ੍ਰਿਤਪਾਲ ਕੋਈ ਅੰਮ੍ਰਿਤਪਾਲ, ਉਹਨੇ ਕਿਹਾ ਸਾਡਾ ਮਤਲਬ ਗੁਰੂ ਨੇ ਕਲਾਇਆ, ਉਹਨੇ ਗੁਰੂ ਦੀ ਇਹ ਗੱਲ ਕਹੀ, ਉਹਨੇ ਅੰਮ੍ਰਿਤਪਾਲ ਨੂੰ ਉਹਨੇ ਕਿਹਾ ਕਿ ਲੱਖੇ ਨੇ ਕਿਹਾ ਗੁਰੂ ਨੇ ਭੇਜਿਆ ਇੰਨੀ ਲੋਕਾਂ ਨੂੰ ਅੰਮ੍ਰਿਤ ਛਕਾਉਣਾ, ਇਹ ਗੁਰੂ ਤੋਂ ਬਗੈਰ ਕੋਈ ਅੰਮ੍ਰਿਤ ਨਹੀਂ ਛਕਾ ਸਕਦਾ। ਇਹ ਗੱਲ ਬਾਈ ਲੱਖੇ ਨੇ ਕਹੀ, ਉਹਨੇ ਕਿਹਾ ਅੰਮ੍ਰਿਤਪਾਲ ਜਿਹੜਾ ਆਇਆ ਨਾ ਇਹ ਗੁਰੂ ਨੇ ਕਲਾਇਆ, ਪਹਿਲਾਂ ਅੰਮ੍ਰਿਤਪਾਲ ਹੋਵੇਗਾ ਕੋਈ, ਪਰ ਅੱਜ ਉਹ ਗੁਰੂ ਦਾ ਜਿਹੜਾ ਇੰਨਾ ਅੰਮ੍ਰਿਤ ਛਕਾਉਂਦਾ ਪਿਆ, ਉਹਦੇ ਦੇ ਪਿਛਲੀ ਭਗਤੀ ਕੋਈ ਉਹਨੇ ਕੀਤੀ। ਬਿਲਕੁਲ ਇਹ ਬਾਈ ਪ੍ਰਤਾਪ ਮਿਲਣਾ, ਇੰਨੀ ਗੁਰੂ ਦੀ ਵਡਿਆਈ ਮਿਲਣੀ ਗੀ, ਇਹ ਆਮ ਬੰਦੇ ਤੋਂ ਨੀ ਮਿਲਦੀ ਗੀ, ਇਹ ਗੁਰੂ ਹੀ ਦੇਣ ਵਾਲਾ ਗਾ। ਇਹ ਹੁਣ ਗੁਰੂ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਗਾ, ਇਹ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਿੱਚ ਹੋਊਗਾ, ਜਿਵੇਂ ਵਹੀਰ ਤੁਰ ਰਹੀ ਆ ਤੇ ਅਗਲੇ ਸਮੇਂ ਚ ਮਾਲਵੇ ਦਾ ਵੀ ਅਲੀਕ ਰਹੇ ਆ, ਹਨਾ, ਬਹੁਤ ਨੌਜਵਾਨੀ ਇਹ ਪੁੱਛਦੀ ਆ ਵੀ ਆਪਣੇ ਮਾਲਵੇ ਦਾ ਕਿਵੇਂ ਕਰਨਾ। ਉਹ ਕਹਿੰਦੇ ਸੀਗੇ ਵੀ ਜਦੋਂ ਅਸੀਂ ਉੱਥੇ ਪਹੁੰਚ ਗਏ ਆ ਨਾ, ਉਦੋਂ ਬਾਅਦ ਅਸੀਂ ਮਾਲਵੇ ਦਾ ਹੀ ਇਹ ਤੈਅ ਕਰਨਾ ਗਾ, ਤੇ ਬਾਕੀ ਜਥੇਬੰਦੀ ਜਿਵੇਂ ਵੀ ਐਲਾਨ ਕਰੂਗੀ ਮਹਾਰਾਜ ਕਿਰਪਾ ਕਰਨ, ਉਦੋਂ ਤੁਹਾਡੇ ਤਾਂ ਸੁਨੇਹਾ ਪਹੁੰਚ ਹੀ। ਤੇ ਬਸ ਇੰਨੀਆਂ ਇਹ ਬੇਨਤੀਆਂ ਕਰਦੇ ਇਹਨੂੰ, ਇਹ ਕ੍ਰਿਸ਼ਨ ਲਾਲ ਜੇ ਤੂੰ ਅੰਮ੍ਰਿਤਪਾਲ ਤੇ ਬੋਲਣੋਂ ਨਾ ਹਟਿਆ ਜਾਂ ਤਾਂ ਸਿੱਧਾ ਨਹੀਂ, ਜੇ ਗੱਲ ਕਰਨੀ ਹੈ ਨਾ ਰੱਬ ਲਾਜ ਦੀ ਕਰ, ਤੂੰ ਬੋਲ ਅੰਮ੍ਰਿਤਪਾਲ ਤੇ, ਯਾਰ ਆਪਾਂ ਇਹ ਨਹੀਂ ਕਹਿੰਦੇ, ਪਰ ਅੰਮ੍ਰਿਤਪਾਲ ਦਾ ਕਸੂਰ ਤੈਨੂੰ ਦੱਸਣਾ ਪਊਗਾ। ਜੇ ਤੂੰ ਐਵੇਂ ਕੱਲੀਆਂ ਫੁੱਦੂ ਗੱਲਾਂ ਦੇ ਵਿੱਚ ਵੀ ਅਸੀਂ ਆਹ ਕਹਿ ਦਈਏ ਜਾਂ ਉਹ ਕਹਿ ਦਈਏ, ਅਸੀਂ ਜਿੱਥੇ ਮਿਲ ਗਿਆ ਅਸੀਂ ਧੌੜੀ ਲਾਉਣੋਂ ਨਹੀਂ ਹਟਣਾ, ਫੇਰ ਭਾਵੇਂ ਜਿੱਥੇ ਮਰਜ਼ੀ ਆ ਜੀ ਅਸੀਂ ਉਹ ਗੱਲਾਂ ਕਰਦੇ ਹੁੰਦੇ, ਅਸੀਂ ਭੁਲੇਖਾ ਭੁਲੂਖਾ ਸਾਡੇ ਭਰਾ ਦੀ ਰੱਖੀ ਨਾ ਕਿਤੇ, ਤੇ ਜਿੱਥੇ ਵੀ ਮਿਲ ਗਿਆ ਅਸੀਂ ਇਉਂ ਗੱਲ ਤੇ ਧੌਣ ਚ ਅੰਗੂਠਾ ਦੇ ਕੇ ਅਟਾਵਾਂਗੇ ਤੈਨੂੰ। ਫਿਰ ਇਹ ਵੀ ਤੈਨੂੰ ਮੈਂ ਗੱਲ ਦੱਸਾਂ, ਅੱਜ ਮੈਂ ਇਹ ਵੀ ਕਹਿ ਦੇਣ ਲੱਗਾ, ਕਈਆਂ ਬੰਦਿਆਂ ਨੂੰ ਹੋਏਗਾ ਮੰਤਰੀ ਕੱਲੀਆਂ ਵੀਡੀਓ ਹੀ ਪਾਉਂਦਾ ਹੈ, ਮੰਤਰੀ ਸੋਧਾ ਵੀ ਲਾਉਣ ਨੂੰ ਬੜਾ ਤਗੜਾ ਹੈ, ਮੇਰਾ ਇਤਿਹਾਸ ਪਰੋਲ ਕੇ ਵੇਖ, ਸਾਡੇ ਬਾਜੇ ਵਾਲੇ ਜਾ ਕੇ ਪੁੱਛੇ, ਮੰਤਰੀ ਕੱਲਾ ਨਹੀਂ ਮੈਂ ਭਗਵੰਤ ਸਿੰਘ ਹਾਂ ਭੱਗੀ, ਤੇ ਮੈਂ ਸੋਧਾ ਲਾਉਣ ਨੂੰ ਵੀ ਬੜਾ ਤਗੜਾ ਆ, ਜੇ ਮੈਂ ਹਾਸੇ ਖੇਡੇ ਦੀਆਂ ਵੀਡੀਓ ਪਾ ਸਕਣਾ ਨਾ ਗੁਰਪ੍ਰੀਤ, ਤੇ ਮੈਂ ਸੋਧਾ ਵੀ ਲਾ ਸਕਣਾ, ਤੇ ਬੰਦੇ ਦਾ ਪੁੱਤ ਬਣ ਜਾ ਬਾਬਾ ਜੀ, ਅਸੀਂ ਤੇਰੀ ਇੱਜ਼ਤ ਕਰਨੇ ਆ, ਤੂੰ ਦੂਜਾ ਤੀਜਾ ਦਿਨ ਨਹੀਂ ਉੱਠਦਾ ਚੁੱਕ ਕੇ ਮੂੰਹ, ਤੂੰ ਜੇ ਪਬਲਿਸਿਟੀ ਲੈਣੀ ਸਾਨੂੰ ਦੱਸ। ਨਹੀਂ ਪਬਲਿਸਿਟੀ ਲੈਣੀ ਹੈ ਤੇ ਤੂੰ ਯਾਰ ਕਿਸੇ ਨੂੰ ਬਿਨਾਂ ਗੱਲੋਂ ਇਲਜ਼ਾਮ ਲਾ ਕੇ ਹੀ ਲੈਣੀ ਹੈ, ਤੂੰ ਆਪ ਤੇ ਕੋਈ ਨੇਕ ਕੰਮ ਕਰੋਗਾ ਤੁਸੀਂ ਤੁਹਾਡੀ ਪਬਲਿਸਿਟੀ ਵੈਸੇ ਹੋ ਜਾਣੀ ਆ, ਰੱਬ ਲੱਗਦੀ ਕੌਮ ਦੇ ਵਿੱਚ ਗੱਲ ਕਰੋ ਤੁਸੀਂ, ਜਦੋਂ ਤੁਸੀਂ ਗੱਲ ਕਰਨੀ ਪਾੜੇ ਵਾਲੀ ਗੱਲ ਕਰਨੀ, ਪਾੜੇ ਤੋਂ ਬਿਨਾਂ ਤੁਸੀਂ ਗੱਲ ਕੋਈ ਨਹੀਂ ਕਰਨੀ ਗੀ। ਆ ਵੀ ਇੱਕ ਗੱਲ ਵੀ ਇੱਥੇ ਸਾਡੇ ਮਾਝੀ ਸਿੱਖ ਭਰਾ ਆਉਂਦੇ ਜਿਹੜੇ ਹੁਣ ਪੰਜ ਤੇ ਪਰਸੋਂ ਬਾਈ ਦੇ ਨਾਲ ਉੱਥੇ ਮੱਥੇ ਲਾਏ ਆ, ਜਿਹੜੇ ਉਦੋਂ ਨਸ਼ੇ ਵਾਲੇ ਮੁੰਡੇ ਆਏ ਆ, ਬਾਈ ਜੀ ਅਸੀਂ ਭਰਾਵਾਂ ਨੂੰ ਰਗੜੇਟਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਬਾਬਾ ਜੱਗੀ ਵੀ ਉੱਥੇ ਆ, ਤੁਸੀਂ ਆਓ। ਹਾਂ ਹੁਣ ਲੈ ਬਾਬਾ ਜੱਗੀ ਹੈ, ਜਦੋਂ ਕੌਮ ਦੀ ਖਾਤਰ ਜੂਝਿਆ, ਸਾਰੀ ਕੌਮ ਨੇ ਫੁੱਲਾਂ ਵਾਂਗ ਚੱਕਿਆ ਉਹਨੂੰ ਆਪਦੇ ਹੱਥਾਂ ਤੇ, ਆਪਦੇ ਪੈਰਾਂ ਉਹਦੇ ਪੈਰਾਂ ਥੱਲੇ ਤਲੀਆਂ ਵੀ ਦਿੱਤੀਆਂ ਕੌਮ ਨੇ, ਕਿਸੇ ਨੇ ਆਖਿਆ ਮਾਝੀ ਸਿੱਖ ਇਹਨੂੰ ਨਾ ਐਂ ਕਰੋ, ਜਾਂ ਉੱਥੇ ਗੁਰੂ ਦੀ ਕੋਈ ਵਰਤਾਰਾ ਵਰਤਨ ਦੇ ਵਿੱਚ ਇਹ ਰਹੀ ਆ, ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਇਹੋ ਜਿਹੇ ਗਰੀਬਾਂ ਨੂੰ ਐਂ ਵਡਿਆਈ ਦਿੰਦਾ ਗਾ ਸਤਿਗੁਰੂ, ਤੇਰੇ ਵਰਗੇ ਚਾਵਲਾਂ ਨੂੰ ਨਹੀਂ ਦਿੰਦਾ ਗਾ ਮਹਾਰਾਜ,
ਤੇ ਨਾ ਤੁਹਾਨੂੰ ਲੋਕਾਂ ਨੂੰ ਇਹ ਮਿਲਣੀ ਆ। ਜਿੰਨਾ ਚਿਰ ਤੁਸੀਂ ਗੁਰੂ ਦੀ ਗੱਲ ਤੋਂ ਉਲਟ ਕਰੋਗੇ ਨਾ, ਇਹ ਤੁਹਾਡੇ ਆਏ ਤੁਹਾਡੇ ਲਫੜੇ ਦਾ ਪੈ ਸਕਦੇ ਆ, ਤੁਹਾਨੂੰ ਵਡਿਆਈ ਵਡਿਊਈ ਕੋਈ ਨੀ ਮਿਲਣੀ। ਇਹ ਚਵਲ ਨੇ ਯਾਰ, ਮੈਨੂੰ ਇਹਦਾ ਇੱਕ ਦੁੱਕੀ ਦੁੱਕੀ ਦਾ ਪਤਾ। ਚਵਲ ਇਹ ਚਵਲ ਨੂੰ ਕੋਈ ਮੂੰਹ ਨੀ ਲਾਉਂਦਾ, ਮੈਂ ਚੁੱਪ ਕਰਕੇ ਬੈਠਾ ਤਾਂ ਬੜੇ ਦਿਨ ਹੋ ਗਏ, ਤੇ ਅੱਜ ਮੈਨੂੰ ਨਹੀਂ, ਮੇਰੇ ਤੋਂ ਬੈਠਾ ਨੀ ਗੁਰਪ੍ਰੀਤ ਗਿਆ। ਨਹੀਂ ਤੂੰ ਸੁਣਿਆ ਤੇ ਤੇਰਾ ਭਾਂਬੜ ਮੱਚੇ ਨੇ। ਕੱਲ ਜਦੋਂ ਇਹਦੀ ਵੀਡੀਓ ਸੁਣੀ ਨਾ, ਫੇਰ ਆਪਾਂ ਵੇਖੋ ਜੇ ਇਹਨੇ ਆਮ ਥਾਂ ਤੇ ਕਿਤੇ ਖੜ ਕੇ ਵੀ ਕਹੀ ਹੁੰਦੀ ਨਾ ਗੱਲ, ਸਾਨੂੰ ਤਾਂ ਵੀ ਕੋਈ ਨੀ ਸੀਗਾ। ਇਹਨੇ ਗੱਲ ਪਤਾ ਕਿੱਥੇ ਖੜ ਕੇ ਕਹੀ? ਜਿੱਥੇ ਬਹਿਬਲ ਕਲਾਂ, ਜਿੱਥੇ ਸਾਡੇ ਗੋਲੀਆਂ ਮਾਰੀਆਂ, ਜਿੱਥੇ ਸਾਨੂੰ ਅਣਪਛਾਤੀ ਪੁਲਿਸ ਨੇ ਸਾਡੇ ਸਿੰਘ ਸ਼ਹੀਦ ਕੀਤੇ, ਇਨਸਾਫ ਮੰਗਦਿਆਂ ਨੂੰ ਪ੍ਰੋਟੈਸਟ, ਪੀਸਫੁਲੀ ਪ੍ਰੋਟੈਸਟ ਸੀਗਾ, ਕੋਈ ਆਏ ਨਹੀਂ ਸੀਗਾ ਵੀ ਉਹ ਮੂਹਰੋਂ ਡਾਂਗਾ ਮਾਰਦੇ ਫਿਰਦੇ ਸੀ ਜਾਂ ਕੁਛ ਕਰਦੇ ਫਿਰਦੇ। ਗੱਲ ਇਹ ਆ ਵੀ ਜਿਹੋ ਜਿਹੇ ਥਾਵਾਂ ਤੇ ਤੂੰ ਉੱਥੇ ਖੜ ਕੇ ਕਹਿੰਦਾ ਵੀ ਅਸੀਂ ਗੁਲਾਮ ਨਹੀਂ, ਤੂੰ ਦੱਸ ਕੇ ਕਿਵੇਂ ਨਹੀਂ ਗੁਲਾਮ ਯਾਰ? ਅਸੀਂ ਤੈਨੂੰ ਉਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਵੀ ਅਸੀਂ ਗੁਲਾਮ। ਇਹਨੂੰ ਪੁੱਛੇ ਬੰਦੇ ਨੂੰ ਬਾਂਦਰਾ ਤੈਨੂੰ ਨੌਕਰੀ ਦਾ ਕੱਢਿਆ ਤੇ ਤੂੰ ਗੁਲਾਮ ਨਹੀਂ, ਤਾਂ ਕੀ ਨੌਕਰੀ ਤੋਂ ਨਾ ਨਿਕਲਦਾ ਯਾਰ? ਮਾੜੇ ਕਰਮ ਉੱਥੇ ਕੀਤੇ ਹੋਣਗੇ, ਆਈ ਪੈਸੇ ਪੂਹੇ ਲੋਕਾਂ ਤੋਂ ਖਾਂਦਾ ਹੋਊਗਾ, ਅਗਲਿਆਂ ਨੇ ਕੱਢਤਾ ਯਾਰ। ਯਾਰ ਮੈਨੂੰ ਸਾਰਾ ਪਤਾ, ਇਹਨੇ ਕਿਸੇ ਸੁਣਿਆ ਹੈ ਕਿਸੇ ਫੀਮ ਵਾਲਾ ਕੋਈ ਇਹੋ ਜਿਹਾ ਨਸ਼ੇ ਵਾਲਾ ਕੋਈ ਪਤਾ ਕਿੰਨੇ ਲੱਖ ਰੁਪਈਆ ਇਹਨੇ ਉਹਦੇ ਕਰਕੇ ਇਹਨੂੰ ਫਿਰਿਆ ਗੁੱਲਾ ਸੁਣਿਆ ਹੈ ਤੇ ਕੋਈ ਗੱਲ ਨੀ ਯਾਰ, ਅਸੀਂ ਕੀ ਲੈਣਾ ਸਾਡੇ ਵੱਲੋਂ ਇਹਨੂੰ ਭਾਵੇਂ ਕੋਈ ਕੱਢੇ ਨਾ ਕੱਢੇ, ਤੇ ਕੋਈ ਜੇ ਇਹਦੇ ਤੇਰੇ ਮਨ ਚ ਇਹਦੇ ਚ ਹੋਵੇਗਾ ਕੋਈ, ਅਸੀਂ ਪਰਚਾ ਇਹਨਾਂ ਤੇ ਕਰਾ ਦਿਆਂਗੇ। ਸਾਨੂੰ ਪਰਚਿਆਂ ਪੁਰਚਿਆਂ ਦਾ ਸਿੰਘਾਂ ਨੂੰ ਕੋਈ ਡਰ ਨੀ। ਬਥੇਰੇ ਪਰਚੇ ਭੁਗਤ ਲਏ ਆ ਅਸੀਂ ਤੇ, ਭੁਗਤੀ ਜਾਣੇ ਆ ਸਾਡੇ ਜੇ ਸਿੰਘ ਕਾਹਦਾ ਜਿਹਦੇ ਤੇ ਕੋਈ ਕੇਸ ਹੀ ਹੈਨੀਗਾ, ਤੂੰ ਲਾਲੀ ਚਾਹ ਜਿਹੜਾ ਲਾਉਣਾ। ਹਾਂ ਤੇ ਜੇ ਸਾਡੇ ਨਾਲ ਇੱਕ ਕਰੇਗਾ ਤਾਂ 25 ਕਰਾਂਗੇ, ਜਿੰਦ ਨੀ ਰੋਟੀ ਨੀ ਖਾਣ ਦਿੰਦੇ, ਰਾਤ ਨੂੰ ਉੱਠ ਉੱਠ ਕੇ ਵੀ ਬੁੜਕਿਆ ਕਰੇਗਾ ਵੀ ਕੀ ਕਿਹਦੇ ਨਾਲ ਪੰਗਾ ਲੈ ਲਿਆ ਇਹ ਸਿੰਘਾਂ ਦੇ ਹੱਥ ਕੇ, ਤੇ ਤੂੰ ਐਵੇਂ ਨਾ ਜਾਣੀ ਤੇ ਕੋਈ ਗੱਲ ਨੀ, ਸੱਚੇ ਪਾਤਸ਼ਾਹ ਰਹਿਮਤ ਕਰੇ, ਟੱਕਰਾਂਗੇ ਜ਼ਰੂਰ ਪੁੱਤ, ਤੈਨੂੰ ਤੇਰੇ ਤੋਂ ਪੁੱਛਣੀਆਂ ਹੀ ਪੁੱਛਣੀਆਂ ਗੱਲਾਂ, ਇਹ ਤੇਰੇ ਨਾਲ ਵਾਅਦਾ ਇਹ ਇਸ ਗੱਲ ਦਾ। ਬੋਲੇ ਬੁਲਾਈਏ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।